ਕਿਸਾਨ ਆਗੂ ਗਰਨਾਮ ਸਿੰਘ ਚਡੂਨੀ ਪੰਜਾਬ ਦੀ ਇਸ ਸਿਆਸਤ ਦੇ ਵਿੱਚ ਵੱਡਾ ਧਮਾਕਾ ਕਰਨ ਜਾ ਰਹੇ ਨੇ ਕੱਲ ਨੂੰ 11 ਵਜੇ ਪ੍ਰੈਸ ਕਾਨਫਰੰਸ ਕਰਕੇ ਗਰਨਾਮ ਸਿੰਘ ਚਡੂਨੀ ਆਪਣੀ ਨਵੀਂ ਸਿਆਸੀ ਪਾਰਟੀ ਦਾ ਐਲਾਨ ਕਰਨ ਜਾ ਰਹੇ ਨੇ ਦੱਸਦੇ ਨੇ ਕਿ ਕੱਲ ਨੂੰ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਲੱਬ ਦੇ ਵਿੱਚ 11 ਵਜੇ ਪ੍ਰੈਸ ਕਾਨਫਰੰਸ ਕਰਕੇ ਗਰਨਾਮ ਸਿੰਘ ਚਡੂਨੀ ਆਪਣੀ ਨਵੀਂ ਸਿਆਸੀ ਪਾਰਟੀ ਦਾ ਐਲਾਨ ਕਰਨ ਜਾ ਰਹੇ ਨੇ ਦੱਸਦੇ ਨੇ ਕਿ ਇਸ ਤੋਂ ਪਹਿਲਾਂ ਗਰਨਾਮ ਸਿੰਘ ਜਰੂਨੀ ਪੰਜਾਬ ਦੇ ਵਿੱਚ ਮਿਸ਼ਨ ਪੰਜਾਬ ਸ਼ੁਰੂ ਕੀਤਾ ਹੋਇਆ ਤੇ ਉਹਨਾਂ ਨੇ ਇਸ ਦੇ ਤਹਿਤ ਆਪਣਾ ਇੱਕ ਉਮੀਦਵਾਰ ਵੀ ਐਲਾਨ ਚੁੱਕੇ ਨੇ ਤੇ ਹੁਣ ਗਰਨਾਮ ਸਿੰਘ ਜਡੂਨੀ ਕਿਸਾਨ ਅੰਦੋਲਨ ਖਤਮ ਹੋਣ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਐਂਟਰੀ ਮਾਰਨ ਜਾ ਰਹੇ ਨੇ ਤੇ ਕੱਲ ਨੂੰ ਪੰਜਾਬ ਦੇ ਵਿੱਚੋਂ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਆਪਣੀ ਨਵੀਂ ਸਿਆਸੀ ਪਾਰਟੀ ਦਾ ਐਲਾਨ ਕਰਨ ਜਾ ਰਹੇ ਨੇ ਕਿ ਗਰਨਾਮ ਸਿੰਘ ਜਡੂਨੀ ਦੇ ਨਾਲ ਪੰਜਾਬ ਦੀਆਂ 32 ਕਿਸਾਨ ਅਤੇ ਬੰਦੀਆਂ ਦੇ ਕੋਈ ਆਗੂ ਸ਼ਾਮਲ ਹੋਣਗੇ ਜਾਂ ਫਿਰ ਨਹੀਂ ਦੱਸ ਦਿੰਨੇ ਆ ਕਿ ਗਰਨਾਮ ਸਿੰਘ ਜਡੂਨੀ ਦੇ ਨਾਲ ਕਿਸਾਨ ਆਗੂ ਸਰਜੀਤ ਫੂਲ ਦੇ ਗੇ ਸਬੰਧ ਨੇ ਤੇ ਉਹ ਗਰਨਾਮ ਸਿੰਘ ਚੜੂਨੀ ਦੇ ਨਾਲ ਹੀ ਕਿਸਾਨ ਅੰਦੋਲਨ ਖਤਮ ਹੋਣ ਤੋਂ ਬਾਅਦ ਪੰਜਾਬ ਦੇ ਵਿੱਚ ਦਰਬਾਰ ਸਾਹਿਬ ਆ ਕੇ ਮੱਥਾ ਟੇਦਣ ਤੋਂ ਉਹਨਾਂ ਦੇ ਨਾਲ ਹੀ ਉਹ ਫਤਿਹ ਮਾਰਚ ਕਰਦੇ ਨੇ ਕਿ ਸਰਜੀਤ ਸਿੰਘ ਫੂਲ ਵੀ ਹੁਣ ਕਿਸਾਨ ਆਗੂ ਗਰਨਾਮ ਸਿੰਘ ਚੜੂਨੀ ਦੇ ਨਾਲ ਉਹਨਾਂ ਦੀ ਪਾਰਟੀ ਵਿੱਚ ਸ਼ਾਮਲ ਹੋਣਗੇ ਜਾਂ ਫਿਰ ਨਹੀਂ ਜਾਂ ਫਿਰ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਕੋਈ ਆਗੂ ਗਰਨਾਮ ਸਿੰਘ ਚੜੂਨੀ ਦੇ ਨਾਲ ਸਹਿਮਤ ਹੋਣਗੇ ਜਾਂ ਉਹਨਾਂ ਦੇ ਨਾਲ ਮਿਲ ਕੇ ਪਾਰਟੀ ਬਣਾਉਣਗੇ ਇਹ ਦੇਖਣਾ ਹਜੇ ਬਾਕੀ ਹੋਊਗਾ ਪਰ ਪੰਜਾਬ ਦੀ ਸਿਆਸਤ ਦੇ ਵਿੱਚ ਰਾਜਨੀਤਿਕ ਪਾਰਟੀਆਂ ਤੋਂ ਬਾਅਦ ਕਿਸਾਨ ਆਗੂ ਗਰਨਾਮ ਸਿੰਘ ਜਡੂਨੀ ਵੀ ਵੱਡਾ ਐਲਾਨ ਕਰਨ ਜਾ ਰਹੇ ਨੇ ਕੱਲ ਨੂੰ ਪੰਜਾਬ ਦੇ ਵਿੱਚ ਉਹ ਆਪਣੀ ਨਵੀਂ ਸਿਆਸੀ ਪਾਰਟੀ ਦਾ ਐਲਾਨ ਕਰਨ ਜਾ ਰਹੇ ਨੇ ਦੱਸ ਦਿੰਦੇ ਕਿ ਕਿਸਾਨ ਅੰਦੋਲਨ ਖਤਮ ਹੋਣ ਤੋਂ ਬਾਅਦ ਕਈ ਕਿਸਾਨ ਆਗੂਆਂ ਨੇ ਕਿਹਾ ਸੀ ਕਿ ਅਸੀਂ ਚੋਣਾਂ ਲੜਾਂਗੇ ਤੇ ਕਈ ਕਿਸਾਨ ਆਗੂਆਂ ਨੇ ਚੋਣਾਂ ਲੜਨ ਤੋਂ ਇਨਕਾਰ ਵੀ ਕੀਤਾ ਸੀ ਪਰ ਗਰਨਾਮ ਸਿੰਘ ਜਡੂਨੀ ਪਹਿਲਾਂ ਹੀ ਮਿਸ਼ਨ ਪੰਜਾਬ ਸ਼ੁਰੂ ਕਰ ਚੁੱਕੇ ਨੇ ਤੇ ਉਹ ਆਪਣਾ ਇਸ ਦੇ ਤਹਿਤ ਪਹਿਲਾ ਉਮੀਦਵਾਰ ਵੀ ਐਲਾਨ ਚੁੱਕੇ ਨੇ ਤੇ ਹੁਣ ਕੱਲ ਨੂੰ 11 ਵਜੇ ਗਰਨਾਮ ਸਿੰਘ ਜਡੂਨੀ ਪ੍ਰੈਸ ਕਾਨਫਰੰਸ ਕਰਕੇ ਆਪਣੀ ਨਵੀਂ ਸਿਆਸੀ ਪਾਰਟੀ ਦਾ ਐਲਾਨ ਕਰਨ ਜਾ ਰਹੇ ਨੇ ਅਜਾਈਆਂ ਹੋਰ ਖਬਰਾਂ ਦੇ ਲਈ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਧੰਨਵਾਦ